ਤਿੰਨ ਗੱਗੇ ਆਏ, ਗੱਗਾ ਗੁਰਦੁਆਰਾ, ਗੱਗਾ ਗੋਲਕ ਤੇ ਤੀਜਾ ਗੱਗਾ ਧੰਨ ਸ੍ਰੀ ਗੁਰੂ। ਤੇ ਸਿੱਖ ਕੌਮ 80% ਇਸ ਵੇਲੇ ਦੋ ਗੱਗਿਆਂ ਦੇ ਨਾਲ ਜੁੜੀ ਹੈ, ਗੱਗਾ ਗੁਰਦੁਆਰਾ ਤੇ ਗੱਗਾ ਗੋਲਕ ਚ 10 ਰੁਪਈਏ ਪਾਏ ਸਤਿਗੁਰੂ, 10 ਲੱਖ ਦੇ ਦੇ, 100 ਪਾਇਆ ਸਤਿਗੁਰੂ, 20 ਲੱਖ ਦੇ ਦੇ। ਪਾਤਸ਼ਾਹ ਕਹਿੰਦੇ ਏਡਾ ਵੱਡਾ ਖਜ਼ਾਨਾ ਚੰਦੋਏ ਦੇ ਥੱਲੇ ਪ੍ਰਕਾਸ਼ ਹੋਇਆ ਏ, ਕਿੱਦਣ ਰੁਮਾਲਾ ਚੁੱਕੋਗੇ। ਇਸ ਵੇਲੇ ਪੂਰੇ ਵਰਲਡ ਦੇ ਵਿੱਚ 50 ਲੱਖ ਦੇ ਕਰੀਬ ਗੋਰੇ ਨੇ ਅੰਮ੍ਰਿਤ ਛਕ ਲਿਆ ਕੋ ਸਤਨਾਮ ਸ੍ਰੀ। ਉਹਨਾਂ ਨੂੰ ਕੀਰਤਨ ਕਥਾ 17 ਸਾਲ ਸਟੱਡੀ ਕੀਤੀ ਇੱਕ ਗੋਰੇ ਦੀ ਬੱਚੀ ਨੇ ਇੰਗਲੈਂਡ ਵਿੱਚ। ਉਹ ਕਹਿੰਦੇ ਬੇਟਾ ਸਾਡੇ ਬੱਚੇ ਤੇ ਮੱਥਾ ਟੇਕ ਨਹੀਂ ਆਉਂਦੇ, ਫਿਰ ਤੁਸੀਂ ਕਿੱਦਾਂ ਪੜ੍ਹ ਲਿਆ? ਉਹਦੀ ਇੰਟਰਵਿਊ ਸੀ, ਕਹਿੰਦੇ ਮੈਂ 12 ਸਾਲਾਂ ਦੀ ਸੀ, ਆਪਣੇ ਮਦਰ ਫਾਦਰ ਦੇ ਨਾਲ ਗੋਲਡਨ ਟੈਂਪਲ, ਉਹਨਾਂ ਦੀ ਜਵਾਨ। ਕਹਿੰਦੇ ਮੈਂ 12 ਵਰ੍ਹਿਆਂ ਦੀ ਸੀ ਤੇ ਮੈਂ ਪਹਿਲੀ ਵਾਰ ਹਰਿਮੰਦਰ ਸਾਹਿਬ ਆਈ ਤੇ ਮੈਂ ਪੁੱਛਿਆ ਵੀ ਇਹ ਕੀ ਹੈ? ਕਹਿੰਦੇ ਬੇਟਾ ਚੰਦੋਆ ਸਾਹਿਬ। ਕਹਿੰਦੇ ਬੜਾ ਸੁੰਦਰ ਹੈ। ਕਹਿੰਦੇ 9 ਲੱਖ ਰੁਪਈਆ ਕੀਮਤ ਆਖੋ ਸਤਨਾਮ। ਫਿਰ ਮੈਂ ਪੁੱਛਿਆ ਵੀ ਇਹ ਰੁਮਾਲੇ ਕਿੰਨੇ ਸੋਹਣੇ? ਕਹਿੰਦੇ ਬੇਟਾ ਬਸਤਰ ਹੈ ਮਹਾਰਾਜ ਦੇ। ਇਹ ਕਿੰਨੇ ਦੇ? 7 ਲੱਖ ਦੇ। ਸੋਨੇ ਦੀ ਮੁੱਠ ਵਾਲਾ ਚੌਰ ਸਾਹਿਬ 9 ਲੱਖ ਦਾ। ਕਹਿੰਦੇ ਮੈਂ ਸਵੇਰੇ ਅੰਮ੍ਰਿਤ ਵੇਲੇ ਸੋਨੇ ਦੀ ਪਾਲਕੀ ਚ ਪ੍ਰਕਾਸ਼ ਹੁੰਦਾ ਵੇਖਿਆ ਤੇ ਮੇਰੇ ਅੰਦਰ ਇੱਕ ਚਾਅ ਪੈਦਾ ਹੋਇਆ ਵੀ ਜਿਹਦੇ ਪਿਆਰ ਵਿੱਚ ਇੰਨੀ ਵੱਡੀ ਕੀਮਤ ਲਾਈ, ਇੱਕ ਵਾਰੀ ਰੁਮਾਲਾ ਚੁੱਕ ਕੇ ਵੇਖਾਂ ਤੇ ਸਹੀ ਵਿੱਚ ਲਿਖਿਆ ਕੀ ਆਖੋ ਸਤਨਾਮ। ਅੱਜ ਕਮੀ ਕਿੱਥੇ ਹੈ? ਕਮੀ ਹੈ ਵੀ ਅਸੀਂ ਤੀਜਾ ਗੱਗਾ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਪੜ੍ਹ ਨਹੀਂ ਸਕੇ।